ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। 10 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਇੰਗਲੈਂਡ ਗਏ ਹੁਸ਼ਿਆਰਪੁਰ ਦੇ ਪਿੰਡ ਆਦਮਵਾਲ ਦੇ ਨੌਜਵਾਨ ਨਰਿੰਦਰ ਸਿੰਘ ਦੀ ਕੁਝ ਅਣ ਪਛਾਤੇ ਲੋਕਾਂ ਵੱਲੋਂ ਇੰਗਲੈਂਡ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ, ਜਿਸ ਵਿੱਚ ਮ੍ਰਿਤਕ ਹਰਿੰਦਰ ਕੁਮਾਰ ਵਾਸੀ ਪਟਿਆਲਾ, ਮਲਕੀਤ ਸਿੰਘ ਵਾਸੀ ਕਪੂਰਥਲਾ ਅਤੇ ਨਰਿੰਦਰ ਸਿੰਘ ਵਾਸੀ ਪਿੰਡ ਆਦਮਵਾਲ ਹੁਸ਼ਿਆਰਪੁਰ ਸ਼ਾਮਲ ਹੈ। ਨਰਿੰਦਰ ਸਿੰਘ ਦੀ ਹੱਤਿਆ ਦਾ ਸਮਾਚਾਰ ਮਿਲਦੇ ਹੀ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਅਤੇ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ। ਦੱਸ ਦਈਏ ਕਿ ਮ੍ਰਿਤਕ 6 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 2 ਸਾਲ ਪਹਿਲਾਂ ਹੀ ਉਸਦੀ ਮਾਤਾ ਦੀ ਮੌਤ ਹੋਈ ਸੀ। ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਦੀ 9 ਜਨਵਰੀ ਨੂੰ ਨਰਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਹੋਈ ਸੀ। ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਦੀ 9 ਜਨਵਰੀ ਨੂੰ ਨਰਿੰਦਰ ਸਿੰਘ ਨਾਲ ਫੋਨ ਤੇ ਗੱਲ ਹੋਈ ਸੀ। ਉਸਨੇ ਕਿਹਾ ਸੀ ਕਿ ਉਹ ਅਗਲੇ ਹੀ ਮਹੀਨੇ ਭਾਰਤ ਆਵੇਗਾ, ਪਰ 19 ਜਨਵਰੀ ਨੂੰ ਉਸਦੀ ਮੌਤ ਦੀ ਖਬਰ ਹੀ ਮਿਲੀ। ਪੀੜਤ ਪਰਿਵਾਰ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਬੇਟੇ ਦੀ ਲਾਸ਼ ਨੂੰ ਭਾਰਤ ਲਿਆ ਜਾਵੇ ਅਤੇ ਆਰੋਪੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਹਦੇ ਡੈਡੀ ਮੈਂ ਆ ਜਾਣਾ ਹੈਗਾ ਆ, ਮੈਂ ਕਿ ਤੂੰ ਆਉਂਦਾ ਨਹੀਂ, ਮੈਂ ਲਾਰੇ ਲਾ ਰੱਖਣਾ ਜਿੱਦਾਂ ਵੀ ਤੂੰ ਆਉਂਦਾ ਹੈ ਨਹੀਂਗਾ। ਉਹ ਪੱਕਾ ਨਹੀਂ ਹੋਇਆ ਸੀ, ਉਹਦੀ ਮਾਤਾ ਜੀ ਵੀ ਪਿੱਛੇ ਗੁਜਰ ਗਏ, ਮਾਤਾ ਤਾਂ ਵੀ ਨਹੀਂ ਆਇਆ ਉਹ। ਮੈਂ ਕਿਹਾ ਮੈਂ ਵੀ ਇੱਦਾਂ ਗੁਜਰ ਜਾਣਾ ਹੈਗਾ ਆ, ਮੋਹ ਚਲ ਗਈ ਆ, ਮੈਂ ਵੀ ਚਲ ਜਾਣਾ ਇੱਦਾਂ ਹੀ, ਮੇਰੀ ਸੇਵਾ ਕੌਣ ਕਰੂਗਾ। ਉਹ ਕਹਿੰਦਾ ਸੀ ਮੈਂ ਕਰੂੰਗਾ। ਹਾਂ, ਹੁਣ ਬਸ ਸੇਵਾ ਹੋ ਗਈ ਆਪਣੀ। ਸਾਨੂੰ ਇੱਥੇ ਫੋਨ, ਨਿਆਣਿਆਂ ਨੂੰ ਫੋਨ ਆਇਆ ਸੀਗਾ, ਨਿਆਣਿਆਂ ਨੂੰ ਫੋਨ ਆਇਆ ਸੀਗਾ ਅਤੇ ਮੈਂ ਡੇਰਾ ਬਿਆਸ ਗਿਆ ਸੀ ਉੱਥੇ, ਉਹਨੇ ਮੈਨੂੰ ਉੱਥੋਂ ਟੈਲੀਫੋਨ ਕਰਕੇ ਨਹੀਂ ਬੁਲਾਇਆ ਉੱਥੇ, ਕਹਿੰਦੇ ਐਮਰਜੈਂਸੀ ਆ, ਘਰ ਨੂੰ ਆ ਜਾਓ। ਮੈਨੂੰ ਦੱਸਿਆ ਨਹੀਂ ਵੀ ਮੁੰਡਾ ਇੱਦਾਂ ਹੋ ਗਿਆ, ਘਰ ਆ ਕੇ ਮੈਨੂੰ ਪਤਾ ਲੱਗਾ। ਵਾਲਿਆਂ ਨੇ ਸੋਚਿਆ ਨੀ ਉਹ ਮੇਰਿਆਂ ਭੈਣਾਂ ਨੇ ਪਛਾਉਣਾ ਨੀ, ਬਾਈ ਦੇ ਦੁੱਖਾਂ ਤੇ ਪਾ ਕੇ ਚਲ ਗਿਆ। ਜ਼ਿਕਰਯੋਗ ਹੈ ਕਿ ਇੰਗਲੈਂਡ ਪੁਲਿਸ ਨੇ 2 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਹੱਤਿਆ ਦਾ ਕਾਰਨ ਗੈਂਗਵਾਰ ਦੱਸਿਆ ਜਾ ਰਿਹਾ ਹੈ। ਹੁਸ਼ਿਆਰਪੁਰ ਤੋਂ ਸੁਖਵਿੰਦਰ ਕੁੰਨੀ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ ਟੀਵੀ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।